अंदर वास घूमी थी। अम्मा बाप औज बिल्लाह मिन शैतान रजीम बिस्मिल्लाह रहमान रहीम कौन है दाई जात बेटा जरा लो करो इसकी आवाज क्योंकि अंदर आवाज ज्यादा करना खा है। औज बिल्लाह मिन शैतान रजीम बिस्मिल्लाह रहमान रहीम वन नासियात गर्कन वन नाशतात नश्ता قال الله جل شانه في مقام آخر كل نفس ذائقة الاسباب دي محفل ونازيات غرقن وناشتات نشتا اس آیت وچ اللہ دو قسم دیاں روح قبض کرن دیاں صورتاں بیان کر رہا ہے قسم ہے انہاں فرشتیاں دی جڑے بدن وچ گوتا لا کے रूह खिंचते नंबर दो फिर उन्होंने जो आसानी गिरा खोल देंगे नहीं मैं समझावा दो तरह दाना निकलिया ने पहली ए, कि मेरे नबी ने फरमाया जिन्हें कंडिया बेरी ते मलमल का रेशमी कपड़ा पाया हो कोई बेदर्दी ना खिंचे तो वो लीर लीर हो जाता है। एक दूजा क्या कहते निकलती है ਜਿਵੇਂ ਫੁੱਲੀ ਚੋਂ ਖੁਸ਼ਬੂ ਨਿਕਲ ਜਾਂਦੀ ਹੈ ਇੰਨੀ ਸੌਖੀ ਨਿਕਲਦੀ ਹੈ ਜਿਵੇਂ ਮੱਖਣ ਚੋਂ ਵਾਲ ਨਿਕਲਦਾ ਕਿ ਜਿਵੇਂ ਤਾਰ ਤਾਰ ਕੱਪੜਾ ਹੁੰਦਾ ਹੈ ਬਦਨ ਜਿਵੇਂ ਕਸਾਈ ਕੀਮਾ ਕਰਦਾ ਹੈ ਇੰਨੀ ਤਕਲੀਫ ਨਾਲ ਜਾਨ ਨਿਕਲਦੀ ਹੈ ਦੂਜੇ ਟੁਕੜੇ ਚ ਕਹਿੰਦਾ ਇੰਨੀ ਸੌਖੀ ਨਿਕਲਦੀ ਹੈ ਜਿਵੇਂ ਫੁੱਲੀ ਚੋਂ ਖੁਸ਼ਬੂ ਨਿਕਲ ਜਾਂਦੀ ਹੈ ਜਿਵੇਂ ਮੱਖਣ ਚੋਂ ਵਾਲ ਨਿਕਲ ਜਾਂਦਾ ਹੈ ਜਿਵੇਂ ਬਰਫ ਚੋਂ ਠੰਡਕ ਨਿਕਲਦੀ ਹੈ ਗੱਲਾਂ ਦੋਵੇਂ ਸਹੀ ਨੇ ਫਿਰ ਪੁੱਛਿਆ ਗਿਆ ਅਲੀ ਕੋਲੋਂ ਕਿ ਮਾੜਾ ਇਹ ਦੱਸੋ ਕਿ ਬੇਕ ਟੁਕੜੇ ਚ ਕਹਿੰਦਾ ਔਖੀ ਨਿਕਲਦੀ ਹੈ ਦੂਜੇ ਵਿੱਚ ਕਹਿੰਦਾ ਸੌਖੀ ਨਿਕਲਦੀ ਹੈ ਮਾੜਾ ਨੇ ਫਰਮਾਇਆ ਗੱਲਾਂ ਦੋਵੇਂ ਸਹੀ ਨੇ ਸਿਰਫ ਮਰਨ ਵਾਲੇ ਦਾ ਫਰਕ ਹੈ ਜਿਉ ਜਾਂ ਮੂੰਹ ਮਾਲ
ਔਲਾਦ ਅਮਲ ਮਾਲ ਸਾਹਮਣੇ ਆਉਂਦਾ ਹੈ ਅਸੀਂ ਆਨੇ ਆ ਜੀ ਇਹਦੇ ਉੱਤੇ ਸੁਕਰਾਤ ਲੱਗੀ ਹੈ ਨਾ ਉਹ ਬੋਲ ਕੇ ਮਾਲ ਨੂੰ ਕਹਿੰਦਾ ਮੈਂ ਸਾਰੀ ਜ਼ਿੰਦਗੀ ਤੈਨੂੰ ਇਕੱਠਾ ਕਰਦਾ ਰਿਹਾ ਦੱਸ ਹੁਣ ਔਖੇ ਵੇਲੇ 'ਚ ਮੈਂ ਫਸਿਆ ਮੇਰੀ ਮਦਦ ਕਿਵੇਂ ਕਰੇਗਾ ਮੈਂ ਕਰੋੜਾਂ ਇਕੱਠੇ ਕੀਤੇ ਮਾਲ ਬੋਲ ਕੇ ਕਹਿੰਦਾ ਦੋ ਗਜ਼ ਕਫ਼ਨ ਦਾ ਕੱਪੜਾ ਤੇ ਬਸ ਜੇ ਸਮਝ ਆ ਗਈ ਆ ਤੇ ਬੜੀ ਗੱਲ ਹੈ ਭਾਵੇਂ ਅਰਬਾਂ ਇਕੱਠੇ ਕੀਤੇ ਵੀ ਸਿਰਫ ਸਵਾ ਗਜ਼ ਦੋ ਗਜ਼ ਢਾਈ ਗਜ਼ ਛੇ ਗਜ਼ ਕੱਪੜਾ ਕਫ਼ਨ ਦਾ ਬਸ ਇਹਦੇ ਤੋਂ ਅੱਗੇ ਨਹੀਂ ਇਹ ਮਾਯੂਸ ਹੋ ਜਾਂਦਾ ਹੈ ਹੁਣ ਔਲਾਦ ਸਾਹਮਣੇ ਖੜੀ ਹੈ ਪੁੱਛਦਾ ਮੈਂ ਤੁਹਾਡੇ ਲਈ ਪਾਪੜ ਵੇਚਦਾ ਰਿਹਾ ਤੁਸੀਂ ਕਿੰਨੀ ਮਦਦ ਕਰੋਗੇ ਉਹ ਆਉਂਦੇ ਨੇ ਚਾਰ ਕਦਮ ਚੁੱਕ ਕੇ ਲਿਜਾਵਾਂਗੇ ਕਬਰਸਤਾਨ ਤੱਕ ਦੋ ਮੁੱਠ ਮਿੱਟੀ ਦੀ ਉੱਤੇ ਤੇ ਬਸ ਰੱਖਣ ਦੀਆਂ ਗੱਲਾਂ ਸਮਝ ਆ ਰਹੀ ਮਾਲ ਨੇ ਕਿਹਾ ਟੋਟਾ ਕੱਪੜੇ ਦਾ ਕਫਨ ਦਾ ਤੇ ਬਸ ਔਲਾਦ ਨੇ ਕਿਹਾ ਚੰਦ ਕਦਮ ਚੁੱਕ ਕੇ ਉਹ ਵੀ ਲੋਕੀ ਚੁੱਕੀ ਜਾਂਦੇ ਨੇ ਪੁੱਤਰ ਇੱਕ ਵਾਰੀ ਹੱਥ ਮਾਰਦਾ ਕਬਰਸਤਾਨ ਤੱਕ ਫਿਰ ਮੁੱਠ ਮਿੱਟੀ ਦੀ ਤੇ ਬਸ ਹੁਣ ਅਮਲ ਸਾਹਮਣੇ ਆਉਂਦਾ ਉਹ ਕਹਿੰਦਾ ਜੇ ਮੇਰੇ ਨਾਲ ਬਣਾਈ ਹੁੰਦੀ ਸਮਝ ਆ ਗਈ ਆ ਮੇਰੇ ਨਾਲ ਬਣਾਈ ਹੁੰਦੀ ਤੇ ਚੱਲਿਆ ਮੈਂ ਇੱਥੇ ਵੀ ਕੰਮ ਆਉਂਦਾ ਕਬਰ ਵਿੱਚ ਵੀ ਆਉਂਦਾ ਹਸ਼ਰ ਵਿੱਚ ਵੀ ਆਉਂਦਾ ਤੈਨੂੰ ਜੰਨਤ ਵਿੱਚ ਵਾੜ ਕੇ ਛੱਡਦਾ ਮੇਰੀ ਬਾਤ ਸਮਝ ਆ ਰਹੀ ਲੇਕਿਨ ਇਹ ਮਸਲਾ ਸੁਣ ਲਓ ਤਾਂ ਕਿ ਤੁਹਾਡੀ ਸਮਝ ਆ ਜਾਏ ਯਕਦਮ ਮਲਕਲ ਮੌਤ ਆਪਣੀ ਪਾਰਟੀ ਪੂਰੀ ਨਾਲ ਆ ਜਾਂਦਾ ਹੁਣ ਗਵਰਨਰ ਸੁਣਿਆ ਜੇ ਬੰਦਾ ਆ ਰਿਹਾ ਕਿਨੇ ਆ ਆਉਂਦਿਆਂ ਨੂੰ ਕਬਰ ਨਹੀਂ ਕਰਦਾ ਕਹਿੰਦਾ ਇਹਦੀ ਫਾਇਲ ਚੈੱਕ ਕਰਾਓ ਇਹ ਤੈਨੂੰ ਸਮਝ ਆ ਜਾਏ ਇਹਦੀ ਫਾਇਲ ਵਿਖਾਓ ਫਾਇਲ ਕਹਿੰਦਾ ਅੱਛਾ ਚੋਰੀਆਂ ਕਰਦਾ ਰਹੇ ਹੱਕ ਮਾਰਦਾ ਰਹੇ ਯਤੀਮਾਂ ਦਾ ਮਾਲ ਖਾਂਦਾ ਰਹੇ ਮਸੀਹ ਦਾ ਤੇਲ ਵੇਚ ਕੇ ਪੀ ਜਾਂਦਾ ਰਹੇ ਐ ਕਰਦਾ ਰਹੇ ਉਹ ਕਿੱਥੇ ਦੇ ਕਰਦੇ ਕਹਿੰਦੇ ਨੇ ਘੋਟੂ ਵੱਜਣ ਦੇ ਨਾ ਛਤਰੋਲ ਸ਼ੁਰੂ ਹੋ ਜਾਂਦੀ ਹੈ ਇਹਦੀ ਰੂਹ ਨਿਕਲਦੀ ਜਾਂ ਇਹਦੀ ਜਿਵੇਂ ਕੰਡਿਆਂ ਉੱਤੋਂ ਕੱਪੜਾ ਖਿੱਚੀ ਗੱਲ ਗੱਲ ਦੀ ਸਮਝ ਆ ਗਈ ਇਹ ਉਹ ਹੀ ਜਿਹੜਾ ਜਾਨਵਰ ਨਾਲੋਂ ਬਦਤਰ ਹੈ ਹੁਣ ਆਇਆ ਫਰਿਸ਼ਤਾ ਉਹਦੇ ਹਾਲ ਜਿਹਦੀ ਫਾਇਲ ਬਾਬਾ ਫਰੀਦ ਦੀ ਹੈ ਜਿਹਦਾ ਰਜਿਸਟਰ ਖਾਜਾ ਮੋਇਨ ਦਾ ਹੈ ਜਿਹਦੇ ਅਮਲ ਨਾਸ਼ੋ ਪਾਕ ਦੇ ਨੇ ਜਦੋਂ ਮਿਲਦਾ ਹੈ ਹੁਣ ਇਹ ਕਿਉਂਕਿ ਫਰਿਸ਼ਤੇ ਨਾਲੋਂ ਅਫਜ਼ਲ ਹੈ ਤੇ ਮਲਕਲ ਮੌਤ ਹੈ ਫਰਿਸ਼ਤਾ ਮੈਂ ਇੱਕ ਮਿਸਾਲ ਦੇ ਰਿਹਾ ਤਾਂ ਕਿ ਸਮਝ ਆ ਜਾਏ ਜਿਸ ਵਕਤ ਕੋਈ ਡੀਐਸਪੀ ਰਿਸ਼ਵਤ ਲੈਂਦਾ ਫੜਿਆ ਜਾਏ ਤੇ ਉਹਨੂੰ ਗ੍ਰਿਫਤਾਰ ਕਰਨਾ ਹੋਵੇ ਐਸਐਚਓ ਨੇ ਜਿਹੜਾ ਉਹਦੇ ਮਤਹਿਤ ਹੈ ਤੇ ਉਹਨੂੰ ਤੁਹਾਡੇ ਮਾਮੂ ਨੇ ਕੀ ਕਹੇਗਾ ਸਰ ਇਹ ਮੇਰੀ ਡਿਊਟੀ ਹੈ ਸਰ ਇਹ ਮੇਰੀ ਡਿਊਟੀ ਹੈ ਮੈਂ ਤੁਹਾਨੂੰ ਕਹਿੰਦਾ ਕੁਝ ਨਹੀਂ ਕੜੀ ਨਹੀਂ ਲਾਂਦਾ ਤੇ ਚਲੋ ਇਹ ਮੇਰੀ ਡਿਊਟੀ ਹੈ ਹੁਣ ਬੰਦਾ ਮਰਨ ਵਾਲਾ ਫਰੀਦ ਦਾਦਾ ਮੇਰੀ ਨਾਸ਼ੋ ਜਦੋਂ ਮਲਕਾ ਮੌਤ ਆਉਂਦਾ ਤੇ ਕੀ ਕਹਿੰਦਾ ਸਰ ਪੁੱਤਰ ਨੇ ਮਕਾਨ ਬਣਾਇਆ ਸੀ ਮੈਂ ਤਾਂ ਅਜੇ ਲਾਹੌਰ ਵੇਖਣ ਵੀ ਨਹੀਂ ਗਿਆ ਉਹ ਕਹਿੰਦਾ ਫਾਂਦੂਰੇ ਲੱਸਾ ਮਾਂਦਰਾ ਉਤਾ ਵੇਖੋ ਬਾਬਾ ਜੀ ਉੱਤੇ ਵੇਖਦਾ ਤੇ ਜੰਨਤ ਦੇ ਕੋਠੋਂ ਕਹਿੰਦਾ ਉਹ ਚੰਗਾ ਹੀ ਕਿ ਉਹ ਚੰਗੇ ਗੱਲਾਂ ਚੰਗਾ ਪਰਦੇ ਮੁੱਕ ਸ਼ਿਫ ਹੋ ਜਾਂਦੇ ਨੇ ਮਦੀਨੇ ਵਾਲੇ ਤਾਜਦਾਰ ਦੀ ਸੂਰਤ ਸਾਹਮਣੇ ਆਉਂਦੀ ਜਿਵੇਂ ਜ਼ੁਲੈਖਾ ਜਿਵੇਂ ਜ਼ੁਲੈਖਾ ਜਿਵੇਂ ਜ਼ੁਲੈਖਾ ਜਿਵੇਂ ਜ਼ੁਲੈਖਾ ਦੀਆਂ ਔਰਤਾਂ ਯੂਸਫ ਨੂੰ ਵੇਖ ਕੇ ਹੱਥ ਵੱਢ ਲੈ ਤੇ ਪਤਾ ਲੱਗਾ ਨੀ ਮੁਹੰਮਦ ਦੇ ਨੂਰ ਨੂੰ ਵੇਖ ਕੇ ਮਨ ਵਾਲਾ ਇੰਜ ਗੁੰਮ ਹੋ ਜਾਂਦਾ ਉਹ ਰੂਹ ਕੱਢ ਕੇ ਲੈ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਬਾਦਸ਼ਾਹ
ਤੇ ਨਾਲ ਨਬੂਵਤ ਵੀ ਨਾ ਹੈ ਸੁਲੇਮਾਨ ਅਲੈਹ ਸਲਾਮ ਬੋਲੀ ਕੀ ਨਾ ਹੈ ਰੂਹੇ ਜ਼ਮੀਨ ਤੇ ਬਾਦਸ਼ਾਹੀ ਹਵਾ ਤੇ ਬਾਦਸ਼ਾਹੀ ਜਿੰਨਾ ਤੇ ਬਾਦਸ਼ਾਹੀ ਪ੍ਰਿੰਦਿਆਂ ਤੇ ਬਾਦਸ਼ਾਹੀ ਜਿਨ੍ਹਾਂ ਨੂੰ ਹੁਕਮ ਦਿੱਤਾ ਮੇਰੇ ਲਈ ਸ਼ੀਸ਼ੇ ਦਾ ਮਹਿਲ ਬਣਾਓ ਹੁਣ ਮੈਂ ਮਰਨ ਵਾਲੇ ਲੱਗਾ ਦੱਸਾਂ ਮੌਲਵੀਆਂ ਕੋਈ ਨਹੀਂ ਇੱਕ ਟੁੱਟ ਬਹਾਵਲਪੁਰ ਦਾ ਤੇ ਇੱਕ ਲੋਧਰਾ ਦਾ ਨਾ ਜੋ ਮੈਂ ਪੜ੍ਹਨੇ ਇਹਦੇ ਦੀ ਕੁੱਲੀ ਪਾਣੀ ਹੈ ਸਾਰੇ ਮਰਨ ਵਾਲੇ ਇੱਕੋ ਜਿਹਾ ਨਹੀਂ ਸੁਲੇਮਾਨ ਅਲੈਹ ਸਲਾਮ ਨੇ ਕਿਹਾ ਜਿਨ੍ਹਾਂ ਨੂੰ ਮੇਰੇ ਲਈ ਸ਼ੀਸ਼ ਮਹਿਲ ਬਣਾਓ ਚਾਹ ਬਣ ਗਿਆ ਅੱਲਾਹ ਦੇ ਨਬੀ ਨੇ ਕਿਹਾ ਦੋ ਜਿੰਨਾ ਆ ਜਾਓ ਤਗੜੇ ਤੇ ਦੋ ਇਨਸਾਨ ਆ ਜਾਓ ਆਦਮੀ इंसान कह लगे खूने सेका के जरा उत्ते आवे जिन कह लगे हवा नहीं लंघन देते परेशानी कर जा अल्लाह दे नबी समझ आ रही गल हुण सुलेमान अलैहि सलाम शीश महल ते चढ़े आप छाते चढ़ के नजारा पै कर रहे ने ए परवरदिगार आलम हुण जिन हाथ मन के खड़े ने हवा ता पे फरमान है अल्लाह दे नबी हुक्म दे मैं चला सुभान अल्लाह इंसाना दी उगा ਕੱਚੀ ਗੁੱਲੀ ਏ ਖਜੂਰ ਦੇ ਪਾਲੇ ਦੇ ਛਤੀਰ ਨੇ ਨਾ ਪਰਦਾ
ਆਪਣਾ ਬਾਡੀ ਦਾ ਪਾਰ ਖਲੋ ਕੇ ਕੁੜੀ ਪਿਆ ਖੜਕਾਉਂਦਾ ਹੈ ਜਿਹੜੀ ਚੁੱਪ ਦਾ ਸਦਕੇ ਜਾਵਾਂ ਹੈ ਸੋਚ
हो जाएंगे। त्रीजी वाली कुड़ी खुड़काई मेरे नबी ने अखा खोली, सुलेमान ने वेख के नहीं सजाता, वेख के दरवाजा बंद है, पर्दा है, अंदर रसूल सुते ने, लेटे ने, फातिमा दी गोद ही सेरे धी दे बाप तो ने आप फरमाते ने बेटा कजना गला पिया कर रहे हो बोल के कहने बाबा कदी आंदा सवाली है कदी आंदा रोपी है कदी आंदा दूरों आया ते कुंडी पिया खड़कांदा फरमाया बेटा जानी है कौन है बाबा अल्लाह ते अल्लाह दा रसूल बेहतर जानदा है फरमाया बेटी अमल कर मौत है बीबी आंदी इने कदी पुछया नहीं मर गया।
ਦਿਖਾਲੇ ਸਮਝ ਆ ਗਈ ਗੱਲ ਜਿਹੜਾ ਰਸੂਲ ਦੇ ਜੋੜਾ ਲੱਗ ਗਿਆ ਉਹ ਮਰ ਕੇ ਵੀ ਮਰਦਾ ਬੋਲੋ ਨਾ ਮਰ ਕੇ ਵੀ ਮਰਦਾ ਮਰਦਾ ਨਹੀਂ ਤੇ ਜਿਹੜਾ ਇਹਨੂੰ ਛੱਡ ਗਿਆ ਉਹ ਜ਼ਿੰਦਾ ਰਹਿ ਕੇ ਵੀ ਉਹ ਜ਼ਿੰਦਾ ਰਹਿ ਕੇ
हाँ जी पैसे कोई नहीं हो, हाँ जी दस साल का काका ब्याह है, सुबह देर चलते मेरी उंगली पकड़ के मेनू गुलाम जा पुत्र थले जा पा जा
उन्हें कर ना मैं विज्ञान से हटे ना दे जिदा पुत्र विक जाए सौंदी है मेनू नहीं पता भी तू कि सौंदा जिदा बेटा विक जाए सौंदी चाहे दरवाजा खड़कवाया अद्धी रात का टाइम है मां पूछती है मलका अबश मैमूना कलीजे फातिमा तो ज़हरा फ़िज़ा
ਬੀਬੀ ਫਿਜ਼ਾ ਦੀ ਕਬਰ ਪੌਣਾ ਘੰਟਾ ਮੈਂ ਤਕਰੀਰ ਕੀਤੀ ਅੰਦਰ ਬਹਿ ਕੇ ਉਸ ਤੋਂ ਬਾਅਦ ਮੈਂ ਨਾਲ ਦਿਨ ਕੱਲ੍ਹ ਮੁੰਡੇ ਆਪਣੇ ਘਰ ਫਾਨ ਸ਼ਾਨ ਪੀਤਾ ਵੇਖ ਅੱਗੇ ਕਿਹੜੀ ਉਹਨੇ ਉੱਥੋਂ ਜਾ ਮਾਰੀ ਅੱਬਾ ਭੱਜ ਨੇਰ ਪੈ ਗਏ ਮੈਂ ਅੱਗੇ ਕਹਿੰਦਾ ਬਲਾਲ ਸ਼ੀਦਾਰ ਹੋ ਗਏ ਅੱਲਾਹ ਤੈਨੂੰ ਹੀ ਲੈ ਜਾ ਪੰਜ ਫਰਵਰੀ ਨੂੰ ਜਸ਼ਨ ਏ ਮੌਲਾ ਦਾ ਇਨਸ਼ਾਅੱਲਾ ਅਜ਼ੀਜ਼ ਮੈਂ ਆਰਾਕ ਵਿੱਚ ਪੜਾਂਗਾ ਪੰਜੀ ਫਰਵਰੀ ਮੇਰੇ ਵਾਲਦ ਦਾ ਉਰਸ ਹੈ ਮਜ਼ਾ ਨਾ ਆਇਆ ਅਲੀ ਨੂੰ ਸਲਾਮ ਕਰਕੇ ਪਿਓ ਨੂੰ ਬੰਦਾ ਸਲਾਮ ਕਰੇ ਤੇ ਜਸ ਨਹੀਂ ਆਉਂਦੀ ਸੁਣੋ سامنے کرسی ڈا کے میں 2.5 گھنٹے خطاب کیتا کبھی رب تینوں بھی لے جاؤ پیسے جوڑنے ਮੁਨਕਰ ਨਕੀਰ ਹੱਥ ਬੜਾ ਭਾਰਾ ਰੱਖਦੇ ਨੇ ਉਹਨਾਂ ਕੋਲ ਬਚਨ ਦਾ ਵੀ ਕੋਈ
ने कहा थे क्या करबला जाके मर जा या मदीने जा मर जा फिर जा सके जा करबला मर जा या मदीने मर जा या नाने दी नगरी या दोतरे दी नगरी ओथे हाथ हौला रख दे नी ए सवेरे उठिया ते मां नु कहंदा जा सके उने कहा है रे उने कहा मरन जाना है या करबला या मदीने लेकिन मदीना दूरे ते दादे दी करबला नेड़े आ मैं क्या मां ने अश्मा ते अश्मा दे नाल उसल कीता तुर पियो कोई महीने तो बाद जदों करबला पहुंचया मेरे मौला खाब विच मिले दरबार नु कल जोर वेले इस गेट तो 18 साल दा एक काका दा खलोएगा मेरी औलाद इचो ही जदों अंदर आवे ओदे नाल प्यार करी ओनु खवाणी प्याने ओदी खिदमत करनी है एक बार दूजा हुक्म ए अज तो रात नु बत्तियां बाले तो बिजली नहीं सी होंदी नवाब सराज जो दौला दा समान है जदो तू बत्तियां बाले ना मसाला सारी दुनिया बाहर कढ दे शान बाहर नहीं कढदा सुभान अल्लाह ते ताला मार के आप टूट जाए गल दी समझ बस इस तो बाद मैं जाना जाना सुन ले उने कह जदो बत्तियां बाले सारियां नु बाहर कढ दे लेकिन शारा नु कढना ਚਾਹੇ ਕਿਤੋਂ ਦਾਖਲ ਹੋਇਆ ਤਰਬਾਨ ਭੱਜਿਆ ਉਹ ਆਂਦਾ ਆਂਦਾ ਸੈਯਦ ਇੱਕ ਦਾ ਨਾਮ ਆਂਦਾ ਮੈਂ ਅਲ ਬਗਾਲ ਬਗਾਲ ਦਾ ਰਹਿਣਾ ਇੱਕ ਦਾ ਨਾਮ ਉਹਨੇ ਕਸ਼ਾ ਜੀ ਬਿਸਮਿਲਲਾ ਤੁਹਾਡੇ ਵਾਸਤੇ ਪਹਿਲਾ ਹੀ ਹੁਕਮ ਮਿਲਿਆ ਜਦੋਂ ਖਿਦਮਤ ਕੀਤੀ ਉਹ ਕਹਿੰਦਾ ਲੈ ਮੇਰੇ ਦਾਦੇ ਕੋਲ ਆਂ ਦਾ ਸਵਾਦ ਆ ਰਾਤ ਨੂੰ ਪੈ ਗਈ ਇਸ਼ਾ ਦੀ ਪੜੀ ਨਮਾਜ਼ ਤੇ ਦਰਬਾਰ ਤੇ ਦਾ ਖਰੂਜ ਸਭ ਨਿਕਲੋ ਤਾਲਾ ਮਾਰ ਸ਼ਾਹ ਜੀ ਉੱਠੇ ਤੋਂ ਬਾਹਰ ਫੜ ਕਹਿੰਦਾ ਸਵਾਦ ਦੇ ਇੱਥੇ ਮੈਂ ਜਿੱਥੇ ਜੂ ਤੇਰੇ ਸਾਹਮਣੇ ਚੁੱਪ ਕਰ ਗਿਆ ਉਹਨੇ ਕਹਣਾ ਉਹਨੇ ਕਿਹਾ ਕਿਉਂ ਉਹਨੇ ਕਿਹਾ ਉਹ ਤੋਂ ਹੁਕਮ ਵੀ ਤੁਸਾਂ ਨਹੀਂ ਜਾਣਾ ਉਹ ਕਹਿੰਦਾ ਜੀ ਮੈਂ ਕੱਲਾ ਉਹਨੇ ਕਿਹਾ ਜੀ ਇਕੱਲੇ ਆਏ ਤੁਸੀਂ ਇਕੱਲੇ ਹੀ ਅੰਦਰ ਰਹਿਣਾ ਅੰਦਰ ਬਿਠਾ ਕੇ ਬਾਹਰੋਂ ਮਾਰਿਆ ਤਾਲਾ ਉਹ ਟੁੱਟ ਗਿਆ ਤੇ ਹੁਣ ਸ਼ਾਰੇ ਨੇ ਇਕੱਲੇ ਕਦੀ ਕਬਰ ਨੂੰ ਵੇਂਦੇ ਨੇ ਰੋਜ਼ੇ ਤੇ ਕਦੀ ਰਹਿੰਦੀ ਦਾਦਾ ਖਿਦਮਤ ਕਰਵਾ ਕੇ ਪਿੱਠੂ ਕਰੋ ਮੇਰਾ ਕੋ ਕਸੂਰ ਅੱਧੀ ਰਾਤ ਦਾ ਟਾਈਮ ਹੈ ਛੋਟੀਆਂ ਛੋਟੀਆਂ ਕੰਦਾਂ ਹੁਣ ਤੇ ਵੀ ਇਹ ਮਾਹੌਲ ਬਣਿਆ ਸਕੂਲੇ ਦੀਆਂ ਜ਼ਰੀਆਂ ਨੇ ਸਿਰਫ ਅਲੀ ਪਾਕ ਦੇ ਰੋਜ਼ੇ ਤੇ 1000 ਵੀ ਮਨ ਤੋਲ ਕੇ ਸੋਨਾ ਲਾਇਆ ਸੁਭਾਨ ਅੱਲਾਹ ਓਏ ਹੋਏ ਹੋਏ 1000 ਵੀ ਮਨ ਸੋਨਾ ਤੇ ਹੁਸੈਨ ਦੇ ਰੋਜ਼ੇ ਤੇ ਹਿਸਾਬ ਹੀ ਕੋਈ ਨਹੀਂ ਸੁਭਾਨ ਅੱਲਾਹ ਕਿੰਨਾ ਲੱਗਾ ਬਨਾਰੇ ਸੋਨੇ ਦੇ ਗੁੰਬਦ ਸੋਨੇ ਦੇ ਜ਼ਰੀ ਸੋਨੇ ਦੇ ਜਾ ਤੂੰ ਜਦੋਂ ਮਰੇਗਾ ਤੈਨੂੰ ਹੀ ਸੱਦ ਲਵਾਂਗੇ
ਯਕਦਮ ਮੌਲਾ ਫਰਮਾਉਂਦੇ ਨੇ ਬੇਟਾ ਜਦੋਂ ਤੂੰ ਵਤਨ ਵਾਪਸ ਜਾਏ ਨਾ ਤੇ ਨਵਾਬ ਸਰਾਜਾ ਦੌਲਾ ਦੇ ਦਰਬਾਰ ਜਾਈ ਤੇ ਉਹਨੂੰ ਕੀ 7 ਪਿੰਡ 88 79 55 ਇਹ 7 ਪਿੰਡ ਮੇਰੇ ਨਾਲ ਆਦ ਉਹਨੇ ਕਿਹਾ ਬਾਬਾ ਉਹ ਤੇ ਮੈਨੂੰ ਕਿੱਧਰ ਮਾਰੇਗਾ ਵੀ ਤੈਨੂੰ ਸਾਹਿਬ ਕਿੱਥੇ ਮਿਲਦਾ ਸਰਕਾਰ ਨੇ ਅੰਜ ਹੱਥ ਕੀਤਾ ਇੱਕ ਚਾਦਰ ਫੜਾਈ ਜਦੋਂ ਉਹ ਤੈਨੂੰ ਪੁੱਛੇ ਨਾ ਦਲੀਲ ਤੇ ਇਹ ਚਾਦਰ ਵਿਖਾ ਲੈ ਜਿਵੇਂ ਮੁਸੀਰੀ ਨੂੰ ਨਾਨੇ ਨੇ ਚਾਦਰ ਦਿੱਤੀ ਸੀ ਪਤਾ ਨਹੀਂ ਤੈਨੂੰ ਤੇਰੇ ਖਦੀਜ ਨੇ ਨਹੀਂ ਸੁਣਾ ਦੇ ਬਾਬੂ ਆਦਿਸ਼ ਕਰਾਂ ਦਾ ਹਜ਼ਰਤ ਸਾਹਿਬ ਮੈਂ ਜੁਬੇ ਦਿਨ ਦੱਸਾਂ ਇਵੇਂ ਚਾਰ ਜਾਗਿਆ ਤੇ ਝੋਲੀ ਚਾਦਰ ਇਹਨੇ ਚਾਦਰ ਪਾਈ ਝੋਲੀ ਤੇ ਮੁੜ ਪਿਆ ਵਾਪਸ ਮਹੀਨੇ ਡੇਢ ਮਹੀਨੇ ਤੋਂ ਬਾਅਦ ਬੰਗਾਲ ਆ ਗਿਆ ਸਵੇਰੇ ਅੰਮਾ ਨੂੰ ਕਹਿੰਦਾ ਮੈਂ ਜ਼ਰਾ ਨਾ ਨਵਾਬ ਸਰਾਜੋ ਦੌਲਾ ਨੂੰ ਸਲਾਮ ਕਰਾਂ ਉਹਨਾਂ ਕਹਿ ਜਾਓ ਤੁਰ ਪਿਆ ਦਰਬਾਰ ਚ ਓਏ ਕੌਣ ਹੈ ਤੂੰ ਕਹਿੰਦਾ ਜੀ ਸੈਯਦ ਨਵਾਬ ਨੇ ਕੁਰਸੀ ਛੱਡੀ ਅੱਗੇ ਆ ਕੇ ਹੱਥ ਚੁੰਮੇ ਮੁਸ਼ਕ ਬੋ ਨਾਲ ਕਿਵੇਂ ਆਏ ਉਹਨੇ ਕਿਹਾ 7 ਪਿੰਡ ਮੇਰੇ ਨਾਲ ਆ ਉਹਨੇ ਕਿਹਾ ਜੀ ਅੱਜ ਤੂੰ ਆਇਆ ਕੱਲ ਹੋਰ ਆ ਜਾਇਓ ਕਹਿ ਅਗਲੇ 4 ਪਰ ਵਾਪਸ ਆ ਜਾ ਕਹਿ ਅਗਲੇ 7 ਮੈਂ ਦੇ ਵੇਲਾ ਹੋ ਗਿਆ ਓਏ ਇਹ ਕੀ ਉਹਨੇ ਕਹਾ ਮੇਰੇ ਦਾਦੇ ਹੁਕਮ ਦੇ ਕੇ ਲੋ ਤੈਨੂੰ ਦਾਦਾ ਕਿੱਥੇ ਮਿਲ ਗਿਆ ਇਹਨੇ ਅੱਜ ਚਾਦਰ ਕੱਢ ਕੇ ਲੋ ਕੀਤੀ ਨਾ ਸਾਹਮਣੇ ਉਹਦੀਆਂ ਅੱਖਾਂ 'ਚ ਖੁੱਲੀਆਂ ਰਹਿ ਗਈਆਂ ਤਿੰਨ ਵਾਰੀ ਤਾੜੀ ਵਜਾਈ ਦੋ ਚਲਾਦ ਤਲਵਾਰਾਂ ਲੈ ਕੇ ਆ ਗਏ ਕਹਿੰਦਾ ਇੱਕ ਸ਼ਾਹ ਦੇ ਸੱਜੇ ਖਲੋ ਜਾਓ ਇੱਕ ਖੱਬੇ ਇੱਕ ਪਿੱਛੇ ਨੂੰ ਤਿੱਕੀ ਆਓ ਉਹ ਵਜ਼ੀਰ ਕਹਿੰਦਾ ਪਹਿਲਾਂ ਹੱਥ ਚੁੰਮਣ ਡਿਆ ਸੀ ਹੁਣ ਇਹਨੂੰ ਜਨਾਦਾ ਦੇ ਸਪੁਰਦ ਕਰਕੇ ਕਿੱਥੇ ਲੈ ਚੱਲਿਆ ਉਹਨੇ ਕਿਹਾ 10 ਦਿਨ ਪਹਿਲਾਂ ਮੇਰੀ ਸੱਕੀ ਭੈਣ ਮਰੀ ਇਹ ਜਵਾਨ ਇਹ ਮੈਂ ਚਾਦਰ ਉਹਦੇ ਤੇ ਪਾਈ ਸੀ ਇਹ ਕਫਨ ਚੋਰ ਹੈ ਤੇ ਜੇ ਚਾਦਰ ਉੱਤੇ ਨਾ ਆਈ ਤੇ ਗਾਟਾ ਲਾ ਦੇਣਾ ਟੁਰ ਪੈ ਜਾਂ ਖਬਰ ਪੁੱਟੀ ਵਿੱਚ ਉਹ ਕੋਈ ਨਹੀਂ ਮੁਰਦੇ ਦੀ ਸ਼ਕਲ ਵਿਗੜੀ ਹੈ ਤੇ ਕੋਈ ਮਰਦੇ ਪੁੱਛਦਾ ਸ਼ਾਹ ਜੀ ਇਹ ਕੀ ਉਹ ਜੋ ਸੁਣ ਕੇ ਆਇਆ ਸੀ ਸ਼ਾਹ ਜੀ ਇਹ ਕੀ ਉਹਨੇ ਕਿਹਾ ਨਵਾਬ ਇਹ ਦੱਸ ਤੇਰੀ ਭੈਣ ਨੂੰ ਹੁਸੈਨ ਨਾਲ ਪਿਆਰ ਹੈ ਉਹਨੇ ਕਿਹਾ 28 ਸਾਲਾਂ ਦੀ ਕੁਆਰੀ ਸੀ ਤੇ ਮੈਨੂੰ ਆਂਦੀ ਸੀ ਪਹਿਲਾਂ ਕਰਬਲਾ ਸਲਾਮ ਕਰਾ ਲੈ ਫੇਰ ਮੈਂ ਉਹਦੀ ਕਰ ਦਿੱਤੀ ਮੰਗਣੀ ਉਹ ਰੋਵੇ ਪਹਿਲਾਂ ਮੈਨੂੰ ਭਾਈ ਕਰਬਲਾ ਲੈ ਜਾ ਉਹ ਮਰ ਗਏ ਨੇ ਫਰਮਾਇਆ ਫਿਰ ਟੈਨਸ਼ਨ ਨਾ ਲੈ ਉਹ ਉੱਥੇ ਟੁਰ ਗਈ ਆ ਕਿ ਕੰਜਰ ਚੰਗਾ ਨਹੀਂ ਸੀ ਉਹ ਉੱਥੋਂ ਇੱਜ਼ਤ ਕਰਦੇ ਸੀ ਇੱਕ ਮੇਰੀ ਤੇ ਉਹ ਇੱਕ ਉਹਦਾ ਨਾਂ ਸੀ ਅਲੀ ਕੌਹਰ
ਇਹ ਮਹਿਕਮਾ ਤਾਲੀਮ ਦਾ ਰਿਟਾਇਰਡ ਡਾਇਰੈਕਟਰ ਆਫ ਐਜੂਕੇਸ਼ਨ ਸੀ ਇਸਲਾਮਾਬਾਦ ਦਾ, ਇੱਕ ਤੇ ਬੜਾ ਵੱਡਾ ਅਫਸਰ ਸੀ ਲਗਾਇਆ, ਨੰਬਰ 2 ਵਡੇਰਾ ਸੀ 85 ਸਾਲ ਦਾ, ਇਸ ਵਜ੍ਹਾ ਤੋਂ ਉਹਦੀ ਇੱਜ਼ਤ ਵੀ ਜ਼ਿਆਦਾ ਕਰਦੇ ਸਨ। ਉਹਨੇ ਕਿਹਾ ਜੀ ਗੌਰ ਸਾਹਿਬ, ਮੈਂ ਕਿਹਾ ਵੀ ਜਲਦੀ ਕਰ, ਬੂਹਾ ਖੋਲ। ਸਵੇਰੇ ਸਵੇਰੇ ਗੌਰ ਕਹਿ ਰਹੇ, ਦਰਵਾਜ਼ਾ ਖੋਲਿਆ ਤੇ ਬਾਬਾ ਅੰਦਰ ਆਇਆ, ਵੀ ਨਾਲ ਉਹਦੇ ਮੁੰਡਾ ਹੋ ਗਿਆ, ਇਹਦੇ ਵਾਂਗੂ ਜਵਾਨ, ਉਹ ਦੋਵੇਂ ਮੇਰੀ ਮੰਜੀ ਤੇ ਬਹਿ ਗਿਆ। ਮੈਂ ਕਿਹਾ ਗੌਰ ਸਾਹਿਬ ਸਵੇਰੇ ਸਵੇਰੇ ਆਪ ਵੀ ਪਾਲੇ ਚ ਠਹਿਰੇ ਆ ਤੇ ਮੈਨੂੰ ਉਠਾ ਕੇ ਬਿਠਾਏ ਖੈਰੀ। ਉਹਨੇ ਕਿਹਾ ਸ਼ਾਹ ਜੀ ਅੱਜ ਅਸੀਂ ਤੁਰ ਜਾਣਾ ਪਾਕਿਸਤਾਨ ਵਾਪਸ, ਤੇ ਮੈਂ ਇੱਕ ਰਾਸ ਦੇ ਵਿੱਚ ਲਈ ਬਿਠਾ। ਮੈਂ ਕਿਹਾ ਛੇਤੀ ਸੁਣਾ, ਇਸ ਵਾਦੇ ਲੋਕ ਨੇ ਠਾਸ ਕੀਤੇ, ਉੱਥੇ ਜਾ ਕੇ ਮੈਂ ਸੁਣਾ। ਜੇ ਤੇਰੀ ਤਬੀਅਤ ਸਹੀ ਹੈ ਤੇ ਤੈਨੂੰ ਦੱਸਾਂ ਆਜ ਲੈ ਉਹਨੂੰ ਕੀ ਬਣਾ ਲਵਾਂ। ਅੱਲਾਹ ਤਾਲਾ ਇਹ ਮੇਰੇ ਅਜ਼ੀਜ਼ ਦੇ ਬਾਪ
ਦੀ ਕਬਰ ਤੇ ਕਰੋੜਾਂ ਨਾਮ ਪਾਉਣਾ ਸ਼ੁਰੂ ਕਰੇ। ਇੱਕ ਯਾਦ ਰੱਖੋ, ਮੌਲਵੀ ਹਜ਼ਰਾਤ ਮਾਂ ਦੀ ਸ਼ਾਨ ਪੜ੍ਹਦੇ ਲੇਕਿਨ ਅੱਬੇ ਦੀ ਨਹੀਂ। ਮਾਂ ਦਿਆਂ ਪੈਰਾਂ ਥੱਲੇ ਜੰਨਤ ਹੈ, ਲੇਕਿਨ ਕਦੀ ਸੋਚੀ ਸਹੀ ਜੰਨਤ ਦਾ ਦਰਵਾਜ਼ਾ ਹੈ? ਬੋਲੋ ਸਹੀ ਹੁੰਦਾ ਨਾ। ਰਸੂਲ ਨੇ ਕਿਹਾ ਪਾਪ ਜੰਨਤ ਦਾ ਮੇਨ ਗੇਟ, ਦਰਵਾਜ਼ੇ ਚੋਂ ਲੰਘੇਗਾ ਤੇ ਅੰਦਰ ਜਾਏਗਾ। ਕਾਇਨਾਤ ਦਾ ਨਬੀ ਬੈਠਾ, ਇੱਕ ਨੌਜਵਾਨ ਆ ਗਿਆ, ਕਿਵੇਂ ਹੈ? ਉਹਨੇ ਕਿਹਾ ਕਮਲੀ ਵਾਲੇ ਸ਼ਿਕਾਇਤ ਕਰਨਾ ਹੈ ਆਪਣੇ ਅੱਬੇ ਦੀ। ਇਹਦੀ ਸ਼ਿਕਾਇਤ ਕਰਨਾ ਬੋਲੋ ਅੱਬੇ। ਨਬੀ ਦੇ ਚਿਹਰੇ ਤੇ ਚਲਾ ਲਿਆ ਕਿ ਉਹਨੇ ਕਹੀ ਮੈਂ ਕਮੀਜ਼ ਲਾ ਕੇ ਟੰਗਣਾ, ਉਹ ਵਿੱਚੋਂ ਪੈਸੇ ਕੱਢ ਲੈਂਦਾ। ਸੋਚੀ ਜ਼ਰਾ ਬਾਪ ਕੀ, ਮੈਂ ਕੱਪੜੇ ਲਾਣਾ, ਮੇਰਾ ਅੱਬਾ ਬਗੈਰ ਇਜਾਜ਼ਤ ਤੋਂ ਪੈਸੇ ਕੱਢ ਲੈਂਦਾ। ਰਸੂਲ ਨੇ ਫਰਮਾਇਆ ਜੋ ਇਹਦੇ ਅੱਬੇ ਨੂੰ ਲਿਓ ਬੁਲਾ ਕੇ। ਉਹ ਡੇਰਾ ਬੰਦਾ ਸੀ, ਘਰ ਬੈਠਾ ਤੇ ਸਿਆਪੀ ਆ ਗਿਆ, ਉਹਨੇ ਕਿਹਾ ਚੱਲ ਭਾਈ ਤੇਰੀ ਪੇਸ਼ੀ, ਤੇਰੇ ਪੁੱਤਰ ਨੇ ਕੇਸ ਕੀਤਾ ਤੇਰੇ ਖਿਲਾਫ। ਇਹ ਬੁੱਢਾ ਬੰਦਾ ਵੀ ਆਉਂਦਾ, ਸੋਚਦਾ ਵੀ ਆਉਂਦਾ। ਜਾਂ ਨਬੀ ਕੋਲ ਆਇਆ ਨਾ, ਆ ਕੇ ਸਲਾਮ ਕਰਕੇ ਬਹਿ ਗਿਆ। ਜਬਰੀਲ ਆ ਗਿਆ, ਉਹਨੇ ਕਿਹਾ ਕਮਲੀ ਵਾਲਿਆ ਅੱਲਾਹ ਹੁਕਮ ਦਿੰਦਾ, ਇਨਕੁਆਇਰੀ ਬਾਅਦ ਚ ਕਰੀ, ਪਹਿਲਾਂ ਇਹਨੂੰ ਪੁੱਛ ਰਾਜ ਆਉਂਦਾ ਹੋਇਆ ਕੀ ਸੋਚਦਾ। ਗੱਲ ਸਮਝੀ ਹੈ? ਕੀ ਸੋਚਦਾ ਸੀ ਇਨਕੁਆਇਰੀ ਬਾਅਦ ਵਿੱਚ? ਸਰਕਾਰ ਨੇ ਕਿਹਾ ਰਾਜ ਕੀ ਸੋਚਦਾ ਸੀ? ਉਹਨੇ ਕਿਹਾ ਕਮਲੀ ਵਾਲਿਆ ਇਹ ਜੰਮ ਪਿਆ ਤੇ ਮੇਰੀ ਨੀਂਦ ਉੱਡ ਗਈ, ਮੈਂ ਦਿਨੇ ਕਮਾਉਂਦਾ ਰਾਤ ਨੂੰ ਕਮਾਉਂਦਾ, ਇਹ ਇੱਕ ਵਾਰੀ ਖੰਘਦਾ ਮੈਂ ਸੱਤ ਵਾਰੀ ਡਾਕਟਰ ਦੀ ਕੁੰਡੀ ਖੜਕਾਉਂਦਾ, ਮੈਂ ਇਹਦੀ ਖਾਤਰੇ ਸੌਂ ਜਾਂਦਾ, ਮੈਂ ਪੱਖੇ ਚੱਲਦਾ, ਮੈਂ ਇਹਦੇ ਲਈ ਕਮਾਈਆਂ ਕਰਦਾ ਕਰਦਾ ਬੁੱਢਾ ਹੋ ਗਿਆ, ਤੇ ਸੋਚਿਆ ਜਦੋਂ ਇਹਦੀ ਵਾਰੀ ਆਏਗੀ ਨਾ ਇਹ ਮੇਰੇ ਇੰਜ ਹੀ ਕਰੇਗਾ, ਇਹਨੇ ਮੇਰੀ ਇਹ ਸ਼ਿਕਾਇਤ ਕਰ ਦਿੱਤੀ। ਨਬੀ ਦੇ ਚਿਹਰੇ ਤੇ ਚਲਾ ਖੜਾ ਉਹ ਮੁੰਡਾ, ਖੜਾ ਚਲਾ ਜਾ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਕਦੀ ਸੋਚ ਇਹਨੇ ਤੈਨੂੰ ਉਂਗਲੀ ਪਕੜ ਕੇ ਟੁਰਨਾ ਸਿਖਾਇਆ। ਮਾਂ ਤੇ ਬਾਪ ਦਾ ਅਦਬ ਇਹ ਬਹੁਤ ਜ਼ਰੂਰੀ। ਬੇਟਾ ਮੈਂ ਬਹੁਤ ਪੜ੍ਹਦਾ, ਹੋਰ ਪੜ੍ਹਦਾ, ਲੇਕਿਨ ਚੁੱਕੇ ਰਾਤ ਪੜ੍ਹਿਆ, ਹੁਣ ਪੜ੍ਹਿਆ ਤੇ ਰਾਤ ਨੂੰ ਸ਼ੇਖੂਪੁਰਾ ਬੜਾ ਲੰਬਾ ਸਫ਼ਰ ਹੈ, ਮਿਲਾਦ ਦੇ ਪ੍ਰੋਗਰਾਮ ਨੇ, ਉਹ ਪੜ੍ਹਨਾ ਹੈ। ਖੁਸ਼ ਹੋ, ਕੁਛ ਸਮਝ ਆਈ? ਅਲਹਮਦੁਲਿਲਾਹ ਰੱਬਿਲ ਆਲਮੀਨ। ਤੇ ਇਹ ਅਜੇ ਮੇਰੇ ਖਿਆਲ ਨਾਲ ਖਾਨੀਆ ਪ੍ਰੋਗਰਾਮ ਹੈ, ਅੱਜ ਹੀ ਸਾਰੇ ਬੈਠੋ, ਪ੍ਰੋਗਰਾਮ ਤੁਹਾਡਾ ਸ਼ੁਰੂ ਹੋਏ, ਉਸ ਤੋਂ ਬਾਅਦ ਜੁਮਾ ਪੜਾਉਣਗੇ। ਹਾਂਜੀ, ਅੱਲਾਹ ਤਾਲਾ ਖੁਸ਼ ਰੱਖੇ। ਮਾਸ਼ਾਅੱਲਾ ਕਿ ਇੱਕ ਸਥਾਨ ਹੈ ਸਿਰਫ 5-7 ਮਿੰਟ ਵਾਸਤੇ ਹਾਜ਼ਰੀ ਲਵਾਏਗਾ, ਕਿਉਂਕਿ 43 ਚੱਕ ਚੋਂ ਇੱਕ ਮਹੀਨਾ ਪਹਿਲਾਂ